ਰੋਜ਼ਗਾਰ ਗਰੀਬ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੇ ਚਲਦੇ ਰੇਸ਼ਮ ਦੇ ਕੀੜੇ ਜਿਨ੍ਹਾਂ ਤੋਂ ਕੀ ਗਰੀਬ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਅਸੀਂ ਇਸ ਵੇਲੇ ਸੈਰੀ ਕਲਚਰ ਜਿਹੜਾ ਫਾਰਮ ਹੈਗਾ ਸੁਜਾਨਪੁਰ ਦੇ ਵਿੱਚ ਉੱਥੇ ਆਇਆ ਸਭ ਤੋਂ ਪਹਿਲੇ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਕੀੜੇ ਜਿਹੜੇ ਰੇਸ਼ਮ ਦੇ ਸੈਰੀ ਕਲਚਰ ਫਾਰਮ ਦੇ ਵਿੱਚ ਜਿਹੜੇ ਪਾਲੇ ਜਾ ਰਹੇ ਨੇ ਜਦ ਥੋੜੇ ਕੁਝ ਵੱਡੇ ਹੋਣੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੇ ਆ ਲੋਕਾਂ ਨੂੰ ਜਿਹੜੇ ਗਰੀਬ ਲੋਕ ਨੇ ਅਨਐਮਪਲੋਇਡ ਹੈਗੇ ਨੇ ਰੋਜ਼ਗਾਰ ਨਹੀਂ ਹੈਗਾ ਉਹਨਾਂ ਨੂੰ ਜਿਹੜਾ ਇਹ ਵੰਡੇ ਜਾਂਦੇ ਹੈਗੇ ਨੇ ਅਸੀਂ ਗੱਲ ਕਰਦੇ ਆ ਜਿਹੜੇ ਇੱਥੇ ਅਫਸਰ ਸਾਡੇ ਨਾਲ ਜੁੜੇ ਪਏ ਨੇ ਸਰ ਕੀ ਨਾਂ ਹੈਗਾ ਜੀ ਤੁਹਾਡਾ ਮੇਰਾ ਨਾਂ ਜੀ ਮਨਜੀਤ ਸਿੰਘ ਹੈ ਜੀ ਮਨਜੀਤ ਮਨਜੀਤ ਸਿੰਘ ਐਸਓ ਸੁਜਾਨਪੁਰ ਜੀ ਮਨਜੀਤ ਜੀ ਕੀ ਕਹਿਣਾ ਹੈਗਾ ਤੁਸੀਂ ਜਿਸ ਤਰ੍ਹਾਂ ਦੇਖਿਆ ਕਿ ਰੇਸ਼ਨ ਦੇ ਕਿਹੜੇ ਬੇਰੋਜ਼ਗਾਰ ਜਿਹੜੇ ਹੈਗੇ ਨੇ ਔਰ ਗਰੀਬ ਲੋਕ ਨੇ ਉਹਨਾਂ ਲਈ ਤੁਸੀਂ ਇਹ ਪੰਜਾਬ ਸਰਕਾਰ ਵੱਲੋਂ ਕੋਈ ਯਕੀਤਾ ਜਾ ਰਿਹਾ ਰੋਜ਼ਗਾਰ ਕੀ ਪ੍ਰੋਸੈਸਿੰਗ ਹੈ ਜੀ ਇਹਦੀ ਸਰ ਇਹਦਾ ਜੀ ਜਿਹੜੇ ਰੇਸ਼ਨ ਦੇ ਕਿਹੜੇ ਨੇ ਇਹਨਾਂ ਦਾ ਜਿਹੜਾ ਆਪਣਾ ਸਾਲ ਦੇ ਦੋ ਸੀਜ਼ਨ ਹੁੰਦੇ ਨੇ ਤੇ ਇੱਕ ਜਿਹੜਾ ਆ ਮੇਨ ਕ੍ਰੌਪ ਜਿਹੜੀ ਆ ਉਹ ਮਾਰਚ ਅਪ੍ਰੈਲ ਹੈਗੀ ਆ ਤੇ ਇੱਕ ਜੀ ਜਿਹੜੀ ਸੈਕੰਡ ਕ੍ਰੌਪ ਹੈਗੀ ਆ ਅਗਸਟ ਸਤੰਬਰ ਹੈਗੀ ਆ ਤੇ ਇਸ ਸਾਲ ਦੇ ਜਿਹੜੇ ਨੇ ਦੋ ਸੀਜ਼ਨ ਹੈਗੇ ਨੇ ਦੋ ਸੀਜ਼ਨਾਂ ਦੇ ਵਿੱਚ ਜਿਹੜੀ ਆ ਇਹ 600 ਫੈਮਿਲੀ ਜਿਹੜੀ ਆ ਕੰਢੀ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਹੀ ਆ ਔਰ 200 ਫੈਮਿਲੀ ਜਿਹੜੀ ਆ ਪਲੇਨ ਦੇ ਵਿੱਚ ਕੰਮ ਕਰ ਰਹੀ ਆ ਔਰ ਇਹ ਜਿਹੜਾ ਮੇਨ ਖਰਾਬ ਦੇ ਵਿੱਚ ਜਿਹੜੀ 600 ਫੈਮਿਲੀ ਕੰਮ ਕਰਦੀ ਹੈ ਇਹਦੇ ਵਿੱਚ ਜਿਹੜੀ ਜਾਨੀ ਕਿ ਇੱਕ ਮਹੀਨੇ ਦਾ ਜਿਹੜਾ ਇਹ ਕੰਮ ਹੁੰਦਾ ਹੈ ਰੇਸ਼ਮ ਦੇ ਕੀੜੇ ਪਾਲਣ ਦਾ ਔਰ ਇੱਕ ਫੈਮਿਲੀ ਜਿਹੜੀ ਹੈ ਉਹ ਆਪਣਾ ਇੱਕ ਫੈਮਿਲੀ ਜਿਹੜੀ ਹੈ ਉਹ 40 ਤੋਂ 45 ਕਿਜੀ ਜਿਹੜੀ ਹੈ ਉਹ ਜਿਹੜੀ ਰੇਸ਼ਮ ਦੀ ਕਕੂਨ ਜਿਹੜੀ ਹੈ ਤਿਆਰ ਕਰ ਲੈਂਦੇ ਨੇ ਇਹਦੇ ਤੋਂ ਵੱਧ ਵੀ ਹੋ ਜਾਂਦੀ ਹੈ ਪਰ ਇੱਕ ਫੈਮਿਲੀ ਜਿਹੜੀ ਐਨੀ ਕਰ ਲੈਂਦੀ ਹੈ ਤੇ ਕਰਨ ਤੋਂ ਬਾਅਦ ਜਿਹੜੀ ਹੈ ਜਿਹੜਾ ਇਹਦਾ ਮੰਡੀ ਕਰਨਾ ਉਹ ਆਪਣਾ ਸੈਰੀਕਲਚਰ ਫਾਰਮ ਭਟਮਾ ਵਿਖੇ ਵੀ ਮੰਡੀ ਲੱਗਦੀ ਆ ਸਾਲਟੀ ਵੀ ਲੱਗਦੀ ਆ ਤੇ ਸੁਜਾਨਪੁਰ ਵੀ ਵਿਖੇ ਵੀ ਲੱਗਦੀ ਆ ਔਰ ਘਟੋ ਘਟ ਵੀ ਜਿਹੜਾ ਜਿਹੜਾ ਰੇਟ ਆ ਪਰ ਕੇਜੀ ਦਾ ਜੋ ਉੱਤੇ ਮਾਰਕੀਟ ਦਾ ਰੇਟ ਹੁੰਦਾ ਆ ਉਹ ਇਹਨਾਂ ਨੂੰ ਕੀਟਪਾਲਕਾਂ ਨੂੰ ਮਿਲ ਜਾਂਦਾ ਪਰ 300 ਤੱਕ ਜਿਹੜਾ ਰੇਟ ਆ ਜਿਹੜਾ ਉਹ ਮਿਲ ਜਾਂਦਾ ਇਹਨਾਂ ਨੂੰ ਕੀਟਪਾਲਕਾਂ ਨੂੰ ਪਰ ਕੇਜੀ ਦਾ ਔਰ ਇਹ ਜਿਹੜਾ ਆਟਮ ਖਰਾਬ ਆ ਆਟਮ ਖਰਾਬ ਦੇ ਵਿੱਚ ਵੀ ਜਿਹੜਾ ਆ ਰੇਟ ਜਿਹੜਾ ਆਪਣਾ ਵਧੀਆ ਮਿਲ ਜਾਂਦਾ ਹੈ ਇਹਨਾਂ ਨੂੰ ਰੇਸ਼ਮ ਦੇ ਕੀੜੇ ਪਾਲਣ ਦਾ ਔਰ ਵਧੀਆ ਜਿਹੜੀ ਹੈ ਲੋਕੀ ਜਿਹੜੇ ਕਿਸਾਨ ਲੋਕ ਨੇ ਇਸ ਧੰਦੇ ਦੇ ਨਾਲ ਜੁੜੇ ਨੇ ਤੇ ਗਰੀਬ ਲੋਕ ਜਿਹੜੇ ਨੇ ਇਹ ਧੰਦਾ ਜਿਹੜਾ ਜਿਆਦਾ ਕਰਦੇ ਨੇ ਔਰ ਮੈਂ ਆਪਣੇ ਜਿਹੜੇ ਕੀਟ ਪਾਲ ਕੇ ਹੀ ਪਹਿਲਾਂ ਕੁਛ ਪਹਿਲਾਂ ਇਹਨਾਂ ਨੂੰ ਜਿਹੜਾ ਆ ਉਹ ਸਮਾਨ ਵੀ ਨਹੀਂ ਸੀ ਪੂਰਾ ਮਿਲਦਾ ਹੁਣ ਪੂਰੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਾਨੂੰ ਫੈਸਿਲਟੀਆਂ ਮਿਲੀਆਂ ਨੇ ਅਸੀਂ ਘਰ-ਘਰ ਦੇ ਵਿੱਚ ਦਵਾਈਆਂ ਤੱਕ ਔਰ ਜਿੰਨਾ ਵੀ ਸਮਾਨ ਜਿਹੜਾ ਇਹਨਾਂ ਨੂੰ ਕੀਟ ਪਾਲਕਾਂ ਨੂੰ ਚਾਹੀਦਾ ਹੁੰਦਾ ਅਸੀਂ ਜਰੂਰ ਜਿਹੜਾ ਸਾਰਿਆਂ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਸਾਨੂੰ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਸਮਾਨ ਦੀ ਫੈਸਿਲਿਟੀ ਮਿਲੀ ਹੈ ਔਰ ਘਰ ਘਰ ਤੱਕ ਜਿਹੜੀ ਹੈ ਪਹੁੰਚਾ ਰਹੇ ਹਾਂ ਸਰ ਕਿੰਨਾ ਕੁ ਫਾਇਦਾ ਜਿਹੜਾ ਇਹ ਜਿਹੜੇ ਕੀੜ ਪਾਲਕ ਜਿਹੜੇ ਹੈਗੇ ਨੇ ਇਹਨਾਂ ਨੂੰ 1 ਮਹੀਨੇ ਦਾ ਹੋ ਜਾਂਦਾ ਹੈ ਜਿਹੜੀ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਹੈ ਜੀ ਇੱਕ ਫੈਮਿਲੀ ਜਿਹੜੀ ਹੈ ਉਹ ਇਕੋ ਸਹੀ ਪਾਲ ਸਕਦੀ ਹੈ ਤੇ ਜਿਹਦੇ ਘਰ ਦੇ ਵਿੱਚ ਜਗ੍ਹਾ ਕਮਰੇ ਦੋ ਕਮਰੇ ਨੇ ਜਾਂ ਤਿੰਨ ਕਮਰੇ ਨੇ ਉਹ ਦੋਨਾਂ ਦਾ ਕੰਮ ਵੀ ਕਰ ਸਕਦੇ ਨੇ ਪਰ ਜਿਹੜਾ 1 ਔਂਸ ਦੇ ਵਿੱਚ ਟੂਟੀ ਜਿਹੜੀ ਆ ਉਹ 40 ਤੋਂ 45 ਕਿਜੀ ਜਿਹੜੀ ਆ ਉਹ ਲੋਕੀ ਜਿਹੜੇ ਨੇ ਇੱਥੇ ਕੱਢ ਸਕਦੇ ਨੇ ਪਰ ਜਿਹੜੀ ਸੈਂਟਰ ਗਵਰਨਮੈਂਟ ਦੀ ਰਿਕਾਇਰਮੈਂਟ ਹੈ ਉਹ 50 ਤੋਂ 55 ਕਿਜੀ ਜਿਹੜੀ ਆ ਨਿਕਲ ਜਾਂਦੀ ਆ ਪਰ ਇੱਥੇ ਮੌਸਮ ਦਾ ਹਿਸਾਬ ਲਾ ਕੇ ਜਿਹੜੀ ਆ 40 45 ਕਿਲੋ ਜਿਹੜੀ ਆ ਉਹ ਪਰ ਔਂਸ ਦੀ ਨਿਕਲਦੀ ਆ ਔਰ 300 ਦੇ ਹਿਸਾਬ ਨਾਲ ਜਿਹੜੀ ਆ ਵਿਕ ਜਾਂਦੀ ਆ ਤੇ ਇੱਕ ਬੰਦਾ ਜਿਹੜਾ ਆ ਇੱਕ ਕਿਸਾਨ ਆ ਇੱਕ ਔਂਸ ਤੋਂ ਵਿੱਚੋਂ ਜਿਹੜਾ ਆ ਉਹ 15000 ਰੁਪਏ ਦਾ ਕੰਮ ਜਿਹੜਾ ਹੈ ਉਹ ਕਰ ਲੈਂਦਾ ਹੈ ਸਰ ਕਈ ਗਰੀਬ ਲੋਕ ਨੇ ਪੈਸੇ ਨਹੀਂ ਵੀ ਹੁੰਦੇ ਕਮਰੇ ਨਹੀਂ ਵੀ ਹੁੰਦੇ ਲੇਕਿਨ ਉਹ ਇਹ ਰੋਜ਼ਗਾਰ ਜਿਹੜਾ ਮੁਹਈਆ ਕਰਵਾਣਾ ਚਾਹੁੰਦੇ ਹੁੰਦੇ ਨੇ ਤੇ ਪੰਜਾਬ ਸਰਕਾਰ ਵੱਲੋਂ ਕਿੰਨੀ ਕੁ ਮਦਦ ਉਹਨਾਂ ਦੀ ਕੀਤੀ ਜਾਂਦੀ ਹੈ ਦੇਖੋ ਜੀ ਜਿਹੜੇ ਇੱਥੇ ਰੇਸ਼ਮ ਦੇ ਕੀੜਿਆਂ ਦਾ ਜਿਹੜੇ ਗਰੀਬ ਲੋਕ ਜਿਹੜੇ ਨੇ ਉਹ ਕੰਮ ਕਰਦੇ ਨੇ ਔਰ ਗਰੀਬ ਲੋਕਾਂ ਨੂੰ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਇੱਕ ਕਮਰਾ ਬਣਾਉਣ ਵਾਸਤੇ ਜਿਹੜੀ ਆ ਉਹ ਫ੍ਰੀ ਫੈਸਿਲਿਟੀ ਜਿਹੜੀ ਦਿੱਤੀ ਜਾ ਰਹੀ ਹੈ ਜੋ ਕਿ ਉਹਦਾ ਬੈਨੀਫਿਸ਼ੀਅਰੀ ਨੇ ਵਾਪਸੀ ਕੋਈ ਨਹੀਂ ਕਰਨੀ ਉਹ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਫ੍ਰੀ ਕਮਰਾ ਬਣਾ ਕੇ ਦਿੱਤਾ ਜਾ ਰਿਹਾ ਜਿਹਦੇ ਵਿੱਚ ਉਹ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਜਿਹੜਾ ਉਹ ਕਰ ਰਹੇ ਨੇ ਉਹ ਦੇਖਿਆ ਪੰਜਾਬ ਸਰਕਾਰ ਦੀ ਇੱਕ ਵੱਡੀ ਜਿਹੜੀ ਸਕੀਮ ਹੈਗੀ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਚੱਲੀ ਹੋਈ ਹੈ ਕੀੜੇ ਜਿਹੜੇ ਰੇਸ਼ਮ ਦੇ ਉਹ ਜਿਹੜੇ ਆ ਸਭ ਤੋਂ ਪਹਿਲੇ ਤੇ ਉਹਨਾਂ ਨੂੰ ਅੰਡੇ ਜਿਹੜੇ ਉਹਨਾਂ ਦੇ ਆਂਦੇ ਨੇ ਉਸ ਤੋਂ ਬਾਅਦ ਅੰਡਿਆਂ ਤੋਂ ਬਾਅਦ ਕੀੜੇ ਜਿਹੜੇ ਤਿਆਰ ਕੀਤੇ ਜਾਂਦੇ ਹੈਗੇ ਨੇ ਜਿਸਾ ਤੁਹਾਨੂੰ ਅਸੀਂ ਪਹਿਲੇ ਵੀ ਦਿਖਾਇਆ ਹੈਗਾ ਔਰ ਉਸ ਤੋਂ ਬਾਅਦ ਜਦ ਕੀੜੇ ਜਿਹੜੇ ਆ ਉਹ ਰੇਸ਼ਮ ਬਣਾਉਣ ਲੱਗ ਪੈਂਦੇ ਨੇ ਤੇ ਇਸ ਤਰ੍ਹਾਂ ਦੀ ਜੜੀਆਂ ਉਹਨਾਂ ਵੱਲੋਂ ਗੁੱਲੀਆਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਵੇਖ ਸਕਦੇ ਹੋ ਕਿ ਇੱਥੇ ਵੀ ਰੇਸ਼ਮ ਦੇ ਕੀੜਿਆਂ ਵੱਲੋਂ ਜਿਹੜੀਆਂ ਇਹ ਰੇਸ਼ਮ ਵੇਖ ਸਕਦੇ ਹੋ ਇਹ ਤਿਆਰ ਹੋਇਆ ਬਿਲਕੁਲ ਤਿਆਰ ਰੇਸ਼ਮ ਹੈਗਾ ਇਸ ਲਈ ਬਣਿਆ ਪਿਆ ਹੈਗਾ ਔਰ ਇਹ ਵੀ ਤੁਸੀਂ ਵੇਖ ਸਕਦੇ ਹੋ ਇਹ ਇਹਨਾਂ ਕੀੜਿਆਂ ਤੋਂ ਇਹ ਰੇਸ਼ਮ ਜਿਹੜਾ ਮੇਰੇ ਹੱਥ ਚ ਫੜਿਆ ਪਿਆ ਆ ਬਿਲਕੁਲ ਰੈਡੀ ਹੋਇਆ ਪਿਆ ਇਸ ਰੇਸ਼ਮ ਨੂੰ ਜਿਹੜਾ ਮਾਰਕੀਟ ਦੇ ਵਿੱਚ ਚੰਗੇ ਭਾਅ ਦੇ ਵਿੱਚ ਵੇਚਿਆ ਜਾਂਦਾ ਕਹਿ ਸਕਨੇ ਆ ਕਿ ਗਰੀਬ ਲੋਕ ਜਿਹੜੇ ਅਨਪੜ੍ਹ ਵੀ ਹੁੰਦੇ ਨੇ ਉਹਨਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਸਕੀਮ ਜਿਹਦਾ ਫਾਇਦਾ ਸਿੱਧੇ ਤੌਰ ਤੇ ਗਰੀਬਾਂ ਤੱਕ ਪਹੁੰਚ ਰਿਹਾ ਹੈਗਾ ਪਠਾਨਕੋਟ ਤੋਂ ਕੈਮਰਾਮੈਨ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ ਫੈਕਟ ਨਿਊਜ਼